ਹਾਂਜੀ ਦੋਸਤੋ ਵੈਲਕਮ ਕਰਦੇ ਆ ਤੁਹਾਡੇ ਪੰਜਾਬ ਜੌਬ ਸਰਚ YouTube ਚੈਨਲ ਵਿੱਚ ਅੱਜ ਵਾਲੀ ਵੀਡੀਓ ਵਿੱਚ ਮੁੰਡੇ ਕੁੜੀਆਂ ਲਈ ਵੱਡੀ ਖੁਸ਼ਖਬਰੀ ਆ ਚੁੱਕੀ ਆ 600 ਰੁਪਏ ਦਾ ਫਾਇਦਾ ਮਿਲੇਗਾ 14 ਲੱਖ ਵਿਦਿਆਰਥੀਆਂ ਨੂੰ ਮਿਲੇਗਾ ਲਾਭ ਕਿਹੜੀ ਸਹੂਲਤਾਂ ਕਿਹੜਾ ਲਾਭ ਮਿਲੇਗਾ ਕਿਹੜੇ ਪਰਿਵਾਰਾਂ ਦੇ ਬੱਚਿਆਂ ਨੂੰ ਮਿਲੇਗਾ ਅਗਰ ਤੁਸੀਂ ਵੀ ਇਹਦੇ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਆ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਤੋਂ ਬਾਅਦ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਨਵੀਆਂ ਸਰਕਾਰੀ ਨੌਕਰੀਆਂ ਸਰਕਾਰੀ ਸਹੂਲਤਾਂ ਦੀ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ ਤੁਸੀਂ ਸਾਡੇ ਵਟਸਐਪ ਟੈਲੀਗ੍ਰam ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ ਹਾਂਜੀ ਦੋਸਤੋ ਆਪਾਂ ਅਪਡੇਟ ਦੇ ਉੱਪਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਸਕੂਲ ਸਿੱਖਿਆ ਵਿਭਾਗ ਨੇ ਆਦਿਕ ਸਾਲ 2024-25 ਵਾਸਤੇ ਸੂਬੇ 'ਚ ਪਹਿਲੀ ਤੋਂ ਅੱਠਵੀਂ ਤੱਕ ਵਿੱਚ ਪੜਦੇ 14,4083 ਔਰ ਮੁੰਡੇ ਕੁੜੀਆਂ ਨੂੰ ਮੁਫਤ ਵਰਦੀਆਂ ਮੁਹੱਈਆ ਕਰਵਾਉਣ ਦੇ ਹੱਪੋਂ ਜਾਰੀ ਕਰ ਦਿੱਤੇ ਗਏ ਹਰੇਕ ਵਿਦਿਆਰਥੀ ਦੀ ਵਰਦੀ ਖੇਦਨ ਵਾਸਤੇ 600 ਰੁਪਏ ਦਾ ਟਿੱਕਰ ਰੱਖਿਆ ਗਿਆ ਹੈ ਇਸ ਰਕਮ ਨਾਲ ਪ੍ਰਤੀ ਸਿੱਖ ਲੜਕੇ ਨੂੰ ਪੈਂਟ ਕਮੀਜ਼ ਅਤੇ ਪਟਕਾ ਜਦੋਂ ਕਿ ਬਾਕੀ ਲੜਕਿਆਂ ਨੂੰ ਪੈਂਟ ਪਟਕੇ ਦੀ ਥਾਂ ਟੋਪੀਆਂ ਦਿੱਤੀਆਂ ਜਾਣਗੀਆਂ ਪ੍ਰਾਇਮਰੀ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਪੈਂਟ ਕਮੀਜ਼ ਸਲਵਾਰ ਸੂਟ ਤੇ ਦੁਪੱਟਾ ਜਦੋਂ ਕਿ ਬਾਕੀ ਜਮਾਤਾਂ ਦੀਆਂ ਕੁੜੀਆਂ ਨੂੰ ਸਲਵਾਰ ਸੂਟ ਦੁਪੱਟੇ ਵਿੱਚ ਆਉਣਗੀਆਂ ਇਹਨਾਂ ਤੋਂ ਇਲਾਵਾ ਤੈਅ ਕੀਤੇ ਵਿਦਿਆਰਥੀਆਂ ਨੂੰ ਬੂਟ ਜੁਰਾਬਾਂ ਸਵਟਰ ਇੱਕ ਇੱਕ ਜੋੜਾ ਵੀ ਪ੍ਰਦਾਨ ਕੀਤਾ ਜਾਵੇਗਾ ప్రతి ਵਿਦਿਆਰਥੀ ਇਹ ਪੈਸਾ ਕਾफी ਰਹੇਗਾ ਜਾਂ ਨਹੀਂ ਪਰ ਕੇਂਦਰ ਸਰਕਾਰ ਨੇ ਇੰਨੀ ਰਕਮ ਨਾਲ ਟੰਗ ਸਾਰਨ ਦੀ ਹਦਾਇਤ ਕੀਤੀ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਕੰਮ ਵਾਸਤੇ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਪਸਰਾਂ ਨੂੰ 84 ਕਰੋੜ 2 ਲੱਖ 87 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਇਸ ਰਕਮ ਨਾਲ ਸਮਗਰ ਸਿੱਖਿਆ ਮਹਾਂ ਤਹਿਤ ਹਰੇਕ ਦੇ ਨਾਲ ਸੰਬੰਧਿਤ ਸਿਰਫ ਐਸ ਸੀ ਐਸ ٹی ਬੀ ਪੀ ਐਲ ਮੁੰਡਿਆਂ ਨੂੰ ਹੀ ਵਰਦੀਆਂ ਮਿਲਣਗੀਆਂ ਬੇਪਿਆ ਮਤਾਬਕ ਵਰਦੀ ਸਕੀਮ ਤਹਿਤ ਹਰੇਕ ਬਰਕ ਦੇ 742700 ਕੁੜੀਆਂ ਨੂੰ ਵਰਦੀਆਂ ਮੁਫਤ ਮਿਲਣਗੀਆਂ ਇਸੇ ਤਰ੍ਹਾਂ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ 483918 ਨੂੰ ਜਦੋਂ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨੂੰ 17660 ਮੁੰਡਿਆਂ ਨੂੰ ਵਰਦੀ ਸਕੀਮ ਦਾ ਹਿੱਸਾ ਬਣਾਇਆ ਗਿਆ ਹੈ ਬੀਸੀ ਅਤੇ ਜਨਰਲ ਵਰਗ ਦੇ ਮੁੰਡਿਆਂ ਨੂੰ ਵਰਦੀ ਮੁਫਤ ਸਕੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਹਰੇਕ ਵਰਦੀ ਫਰਦਾਨ ਵਾਸਤੇ 600 ਰੁਪਏ ਦਾ ਟਿੱਕਾ ਰੱਖਿਆ ਗਿਆ ਸਿੱਖ ਲੜਕੇ ਨੂੰ ਪਟਕਾ ਤੇ ਬਾਕੀਆਂ ਨੂੰ ਦਿੱਤੀਆਂ ਜਾਣਗੀਆਂ ਟੋਪੀਆਂ ਤੇ 14 ਲੱਖ ਵਿਦਿਆਰਥੀਆਂ ਨੂੰ ਮਿਲਣਗੀਆਂ ਫੁੱਤ ਵਰਦੀਆਂ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਪਹਿਲੀ ਤੋਂ ਲੈ ਕੇ 8ਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਬੂਟ ਜਰਾਬਾਂ ਸਵਟਰ ਟੋਪੀਆਂ ਪਟਕੇ ਦਿੱਤੇ ਜਾਣਗੇ ਜਦਕਿ BC ਅਤੇ ਜਨਰਲ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਸਕੀਮ ਦੇ ਵਿੱਚੋਂ ਬਾਹਰ ਰੱਖਿਆ ਗਿਆ। ਤੁਹਾਨੂੰ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਐਲਾਨ ਤੇ ਦਿੱਤੀਆਂ ਗਈਆਂ ਸਹੂਲਤਾਂ ਕਿਵੇਂ ਲੱਗੀਆਂ ਆਪੋ ਆਪਣੇ ਸੁਝਾਅ ਜ਼ਰੂਰ ਦਿਓ। ਬਾਕੀ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਸਰਕਾਰੀ ਸਹੂਲਤਾਂ ਦੀ ਜਾਣਕਾਰੀ ਪਹਿਲਾਂ ਫ੍ਰੀ ਅਤੇ ਸਮੇਂ ਸਿਰ ਲੈਣ ਵਾਸਤੇ ਸਾਡੇ YouTube ਨਾਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਚੈਨਤ